असलाकुम जी हाल चाल है जी कि तबीता तो ठीक ने हर तरह खरीयत है जी दिल कर रहा कि अज कि यार यादा ताज़ा करिए आ... ਕਾਲਸ ਵਾਲਾ ਜਿਹੜਾ ਮਾਮਲਾ ਹੈ ਅੱਜ ਉਹਦਰ ਰੂਮ ਆਨ ਰਹੀ ਸੀ ਥੋੜੀ ਜੀ ਮੂਡ ਉਹਦਰ ਨੂੰ ਜਾ ਰਿਹਾ ਸੀ ਕਾਲ ਵਾਲ ਨੂੰ ਕਿਉਂਕਿ ਸਾਡਾ ਜਿਹੜਾ ਮਾਮਲਾ ਹੈ ਸਾਡੀ بیس ਹੈ ਬੇਸਿਕਲੀ ਉਹ ਇੱਕ ਕੌਲੀ ਹੈ ਸਾਨੂੰ ਇਹ ਇਹਨਾਂ ਕੌਲਾਂ ਨੇ ਹਿੱਟ ਕਰਵਾਇਆ ਪੂਰੀ ਦੁਨੀਆ ਚ ਪਹੁੰਚਾਇਆ ਤੇ ਸਾਡੇ ਕੌਲਾਂ ਤੋਂ ਕਰੈਕਟਰ ਇਹਨੇ ਹਿੱਟ ਹੋਏ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਹੈ ਬੜੀ ਮਿਹਰਬਾਨੀ ਅੱਲਾਹ ਦੀ ਤੇ ਜਿਉਂਦੇ ਵੱਸਦੇ ਰਹੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾਹ ਪਾਕ ਤੁਹਾਡੇ ਬੱਚਿਆਂ ਦੀ ਖੈਰ ਕਰੇ ਅੰਮੀ ਅੱਬੂ ਦੀ ਖੈਰ ਕਰੇ ਪੈਣਾ ਪਰਾਵਾਂ ਦੀ ਖੈਰ ਕਰੇ ਅੱਲਾਹ ਪਾਕ ਤੁਹਾਡੇ ਰਿਜਕ 'ਚ ਬਰਕਤ ਪਾਵੇ ਰੱਬ ਕਦੀ ਵੀ ਲੋੜ ਦੀ ਥੋੜਨਾ ਦੇਵੇ ਰੱਬ ਕਰੇ ਸਾਡੀ ਧੀ ਰਾਣੀਆਂ ਲੋ ਕਦੀ ਵੀ ਸਾਨੂੰ ਤਤੀਵਾ ਨਾ ਆਵੇ ਤੇ ਜਿਉਂਦੇ ਵਸਦੇ ਰਵੋ ਰਾਜ-ਰਾਜ ਕਮਾਓ ਰਾਜ-ਰਾਜ ਖਾਓ ਰੱਬ ਕਦੀ ਵੀ ਲੋੜ ਦੀ ਥੋੜਨਾ ਦੇਵੇ ਕਾਲ ਮਲਾਉਣ ਜਾ ਰਹੇ ਆ ਤੇ ਕਾਲ ਅਜ ਮਲਾ ਰਹੇ ਆ ਜੀ ਬੜੇ ਚਿਰਾਂ ਬਾਅਦ ਚਾਚੇ ਬਿਸ਼ਾਰਤ ਨੂੰ ਜੀ मिलाओ जी कॉल जी हेलो हालो हलो तो बोल पा कौन आ राणा एजाज गल कर रहे हैं जी ਹਾਂਜੀ ਹਾਂਜੀ ਕਸਮ ਹਾਂਜੀ ਹਾਂਜੀ ਲੱਜਾ ਬੋਲਦਾ ਹਾਂਜੀ ਪਰ ਮੈਂ ਨਹੀਂ ਪੰਨਾ ਬੋਲਦਾ ਕਿਉਂਕਿ ਹੈ ਔਰ ਜਾ ਯਾਰਾ ਤੇਰੇ ਤੇਰੇ ਸਾਡੇ ਰਾਹ ਜੁਦਾ ਜੁਦਾ ਅੱਛਾ ਜੀ ਜਦੋਂ ਤੈਨੂੰ ਦਿਲ ਵਿੱਚ ਕਾਹ ਦਿੱਤਾ ਸੀ ਬੁੱਤ ਕਿ ਤੂੰ ਸਾਡੇ ਦਿਲ ਦੇ ਵਿੱਚ ਰਹਿਣਾ ਤੇ ਫਿਰ ਆਪ ਹੀ ਬੂਆ ਖੋਲ ਕੇ ਬਾਹਰ ਨੂੰ ਦੌੜ ਗਿਆ ਹੁਣ ਮੈਂ ਮੈਂ ਤੁਮਸੀਤੇ ਵੀ ਇਲਾਨ ਕਰਾਉਣ ਜਗ੍ਹਾ ਨਹੀਂ ਮਕਮਾਂ ਤੇ ਉਦਾਸ ਫਿਰਦਾ ਮੈਨੂੰ ਐਂ ਲੱਗਦਾ ਸੀ ਮੇਰੀ ਖਰੇ ਗਾਂਗ ਬਾਜ ਗਈ 24 ਘੰਟੇ 6 ਮਹੀਨਾ ਬਾਅਦ ਘਰੇ ਕਿੱਥੋਂ ਆ ਗਿਆ ਮੇਰੇ ਖਿਆਲ 7 8 ਮਹੀਨੇ ਬਾਅਦ ਗੱਲ ਹੋ ਰਹੀ ਨਾ ਚਾਚਾ ਬਿਸ਼ਾਰਤ ਕਿ ਜ਼ਿਆਦਾ ਟਾਈਮ 7 ਮਹੀਨੇ 21 ਦਿਨ ਤੇ 13.5 ਘੰਟੇ ਆ 15 ਮਿੰਟ ਵਾਹ ਵਾਹ ਬਾਪਾ ਨਾ ਕਰ ਕੰਮ ਮੈਨੂੰ ਨਾ ਇਤਿਹਾਸਾ ਹੋਣਾ ਮੈਂ ਕੋਈ ਤੇਰਾ ਯਾਰ ਨਹੀਂ ਕੀ ਹੋਇਆ ਕੀ ਹੈ ਯਾਰ ਐ ਕੋਈ ਯਾਰ ਯਾਰ ਲੀਆਂ ਗੱਲਾਂ ਮੈਨੂੰ ਐ ਦੱਸ ਦੇ ਮੈਂ ਇਹ ਸੱਚੀ ਗੱਲ ਤੇ ਇਹ ਐ ਕਿ ਇਹ ਯਾਰੀ ਨਹੀਂ ਇਹ ਛੋਲਿਆਂ ਦਾ ਵੱਡਾ ਸਮਝ ਲੋ ਤੇ ਸਾਨੂੰ ਤੋਂ ਵੱਡ ਰੱਖ ਦਿੱਤਾ ਤੇ ਤੈਨੂੰ ਪਤਾ ਨਹੀਂ ਤੈਨੂੰ ਕੋਈ ਪਤਾ ਨਹੀਂ ਸੋ ਲੱਗਾ ਭਾਈ ਚਾਚਾ ਵਿਚਾਰ ਨੇ ਤੈਨੂੰ ਆਪਣਾ ਯਾਰ ਵੀ ਪੁੱਤਰ ਵੀ ਖਰਕੀ ਕੀ ਬਣਾ ਖਾਸ ਤੇ ਮੈਂ ਮੈਨੂੰ ਤੋਂ ਇਹ ਤਾ ਗੈਪ ਹੋਇਆ ਮੈਂ ਦੋ ਚਾਰ ਵਾਰੀ ਕਹਾ ਕੀਤੀ ਹਕ ਹਾ ਹਾਰਾ ਮੁੰਡਾ ਖਰੇ ਕਿਹੜਾ ਤੇਰਾ ਅੱਗੇ ਉਹ ਕੀ ਖਰਾ ਮੋਸਨ ਨਾ ਚਾਚਾ ਹਾਂ ਚਾਚਾ ਬਿਸ਼ਾਰਤ ਉਹ ਨਾ ਅਸਲ ਚ ਮੁਹੱਬਤਾਂ ਇਨੀਆਂ ਨੇ ਤੇਰੀਆਂ ਹਾਂ ਤੇ ਉਹ ਕਿ ਨਾ ਮੈਂ ਹੁਣ ਨਾ ਉਹ ਫਿਰ ਹਰ ਬੰਦਾ ਨਾ ਜਿਹੜਾ ਬੰਦਾ ਕਿਸੇ ਵੀ ਬੰਦੇ ਨਾਲ ਪਿਆਰ ਕਰਦਾ ਹੁੰਦਾ ਉਹ ਸਮਝਦਾ ਹੁੰਦਾ ਕਿ ਮੇਰਾ ਹੀ ਹੈ ਹਾਂ ਇਹ ਸਭ ਕੁਝ ਲੇਕਿਨ ਅਗਲੇ ਬੰਦੇ ਦੀਆਂ ਨਾ 100 ਮਜਬੂਰੀਆਂ ਹੁੰਦੀਆਂ ਅਗਲਾ ਬੰਦਾ ਰਿਕਾਰਡਿੰਗ ਤੇ ਹੋ ਸਕਦਾ ਹੈ ਥੱਕ ਹਾਰ ਕੇ ਕੰਮਾਂ ਤੋਂ ਆ ਕੇ ਸੁੱਤਾ ਆ ਹੋ ਸਕਦਾ ਆ ਸੋ ਮਸਲੇ ਮਸਾਇਲਾ ਉਹ ਬਲਕਿਨ ਉਹ ਇਦਾਂ ਹੁੰਦਾ ਹੈ ਕਿ ਉਹ ਜਿਹੜੇ ਦੋਸਤ ਕਾਲ ਕਰਦੇ ਆ ਨਾ ਉਹ ਕੋਈ ਵੀ ਮੇਰਾ ਪ੍ਰੋਗਰਾਮ ਦੇਖ ਕੇ ਜਾਂ ਆ ਕਾਲ ਸੁਣ ਕੇ ਕਾਲ ਕਰ ਦਿੰਦੇ ਤੇ ਮੈਂ ਅੱਗੋਂ ਭਵੇਂ ਕਿਸੇ ਫੌਤਗੀ ਤੇ ਗਿਆ ਉਹਨਾਂ ਤੇ ਉਹ ਉਸੇ ਮੂਡ 'ਚ ਹੀ ਹੁੰਦੇ ਹੱਸਣ ਖੇਡਣ ਵਾਲੇ ਮੂਡ 'ਚ ਨਾ ਕਾਲ ਕਰਦੇ ਆ ਕਿ ਸ਼ਾਇਦ ਰਾਣਾ ਸਾਹਿਬ 24 ਘੰਟੇ ਇਦਾਂ ਹੀ ਰਹਿੰਦੇ ਆ ਅਸੀ ਤਾਂ ਤੇਰੇ ਨਾਲ ਕੋਈ ਇਹੋ ਜੀ ਨਹੀਂ ਨਾ ਪਪਾਈ ਜਾ ਰਹੀ ਅਸੀਂ ਤੈਨੂੰ ਨਾ ਆਪਣਾ ਹਾ ਜ ਆ ਕੀ ਤੇਰੇ ਚੈਨਲ ਦਾ ਨਾ ਨਾ ਅਸੀਂ ਤੈਨੂੰ ਉਹ ਸਮਝਦੀ ਦਾ ਤੈਨੂੰ ਤਾਂ ਮੈਂ ਇਦਾਂ ਹੀ ਸਮਝਿਆ ਜਿੱਦਾਂ ਹਾਕੀ ਤਾਂ ਜਿੱਦਾਂ ਹੁੰਦੇ ਯਾਰ ਇਦਾਂ ਹੀ ਸਮਝ ਗਿਆ ਹਾਂ ਤੇ ਤੂੰ ਇਦਾਂ ਪੱਲਾ ਛੁੜਾ ਕੇ ਧੌੜਿਆ ਯਾਰ ਤੂੰ ਮੈਨੂੰ ਗਵਾਚਾ ਗਵਾਚਾ ਕਰ ਗਿਆ ਇਦਾਂ ਦਾ ਇਤ ਨਹੀਂ ਨਾ ਹੁੰਦਾ ਤੂੰ ਕਿਤੇ ਆ ਕੇ ਬੰਦਾ ਟੱਲੀ ਮਾਰ ਕੇ ਕਹ ਦਿੰਦਾ ਵੀ ਚਾਚਾ ਕੀ ਹਾਲ ਆ ਉਹ ਮੈਂ ਕਹਿਆ ਖਰੇ ਕਿ ਤੇ ਪਿਛਾ ਕਿਤੇ ਆਖਰੀ ਜਦੋਂ ਤੇਰੇ ਨਾਲ ਮੇਰੀ ਟੈਲੀਫੋਨ ਤੇ ਮਿਲੀ ਮੈਂ ਕਹਿਆ ਖਰੇ ਉਸੇ ਕਿਸੇ ਗੱਲ ਦਾ ਗੁੱਸਾ ਕਰ ਗਿਆ ਮੈਂ ਨਹੀਂ 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 ਚਾਚਾ ਬਿਸ਼ਰਤ ਇਹ ਜਿਹੜੇ ਤੇਰੇ ਵਰਗੇ ਬੰਦੇ ਹੁੰਦੇ ਨੇ ਨਾ ਚਾਚਾ ਬਿਸ਼ਰਤ ਹਾਂ ਜਿਹੜੇ ਤੇਰੇ ਵਰਗੇ ਬੰਦੇ ਹੁੰਦੇ ਨੇ ਨਾ ਹਾਂ ਇਹਨਾਂ ਦਾ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ ਬੈ ਡੱਕ ਰੋੜ ਕੇ ਕੋ ਕਹ ਨਿਆ ਤੇਰੇ ਵਰਗੇ ਉਹ ਆਹ ਦੋ ਦੋ ਵਾਰੀ ਗਿਆ ਤੂੰ ਤੇਰੇ ਵਰਗੇ ਵਰਗੇ ਧਿਆਨ ਮੇਰੇ ਗੱਲ ਤਾਂ ਕੀ ਮਤਲਬ ਬਕਵਾਸ ਕਰਦਾ ਲੈਣਾ ਮੇਰਾ ਗੁੱਸਾ ਕਿਉਂ ਨਹੀਂ ਵੱਡਦਾ ਬੰਦਾ ਗੁੱਸਾ ਕਰਦਾ ਤੇ ਕਰਦਾ ਫੇ ਨਹੀਂ 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 ਸੱਚ ਬੇਸ਼ਰਮ ਨਹੀਂ ਉਹ ਮਾਦਰ ਨੂੰ ਇੱਕ ਗੱਲ ਦੱਸਾਂ ਜੱਜੇ ਹਾਂ ਯਾਰੀ ਲਾਓ ਤਾਂ ਪੱਕੀ ਲਾਓ ਹਾਂ ਤਾਂ ਜੇ ਤਾਰੀ ਲਾਓ ਤਾਂ ਠੰਡੇ ਪਾਣੀ ਤੇ ਲਾਓ ਵਾ 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 ਛਾਣੇ ਕਹਿੰਦੇ ਆ ਵਾ 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 ਤੇ ਮਾਦਰ ਨੇ ਯਾਰੀ ਲਾਈ ਤਾਂ ਪੱਕੀ ਲਾਈ ਤੇ ਤਾਰੀ ਲਾਈ ਤਾਂ ਫਿਰ ਉਹ ਵੀ ਠੰਡੇ ਪਾਣੀ ਵਾਲੀ ਲਾਈ ਯਾਰ ਹੋਵੇ ਦਿਲਦਾਰ ਹੋਵੇ ਯਾਰ ਹੋਵੇ ਤਾਂ ਦਿਲਦਾਰ ਹੋਵੇ ਦਿਲਦਾਰ ਹੋਵੇ ਤੇ ਉੱਥੇ ਯਾਰੀ ਲਾਵਣ ਚਾਸੇ ਅਛਾ ਦਿਲ ਦੇ ਬਦਲੇ ਦਿਲ ਦੇਵੇ ਅਛਾ ਤਾਂ ਫੇਰ ਦਿਲ ਦੇਵਣ ਦੀ ਚਾਸੇ ਅਛਾ ਤੇ ਕਾਫਰ ਹੈ ਤੇ ਜਿਹੜਾ ਲਾ ਕੇ ਯਾਰੀ ਪਿੱਛੋਂ ਆਖੇ ਸਾਡੀ ਬਸੇ ਤੇ ਯਾਰੀ ਲਾਵੀ ਤੇ ਫਿਰ ਤੋੜ ਨਿਭਾਵੀ ਸਕੂ ਪੀਰ ਫਰੀਦ ਦੀ ਦਾਸੇ ਹਾ ਹਾ ਅਗੋਂ ਇਦਾਂ ਕਰੀਦਾ ਹੁੰਦਾ ਵਾ 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 ਚਾ ਚਾ ਆ ਜਿਹੜਾ ਅੱਜ ਤਰਾ ਆ ਮੈਂ ਕੱਚਾ ਪੱਕਾ ਜਾ ਜਿਹੜਾ ਤਰਾ ਬੇਚ ਬਜ਼ੁਰਗ ਜਾ ਜਾਗ ਜਾਂਦਾ ਨਾ ਤੱਕ ਕਿਹੜਾ ਟਾਈਮ ਮੈਨੂੰ ਇਹ ਤੇ ਗੁੱਸਾ ਚੜਦਾ ਕੱਲਾ ਤੂੰ ਆਏ ਕਰਦਾ ਜਿੱਦਾ ਪਤਾ ਨਹੀਂ ਤੂੰ ਕਿੰਨਾ ਯਾਰ ਪਸੰਦ ਦਾ ਯਾਰੀ ਲਾਉਣ ਦੀ ਤਾਸ਼ ਤੂੰ ਸੂਫੀਆਂ ਦੇ ਮੈਨੂੰ ਸ਼ੇਰ ਸੁਣਾਵੇ ਤੇ ਕੋਕਰ ਤੂਤਾ ਤੇਰੀਆਂ ਉਹ ਹੈ ਨਹੀਂ ਪੱਕੀਆਂ ਲਾਉਣ ਵਾਲੀਆਂ ਨਹੀਂ ਤੇ ਤੇ ਬਿਸ਼ਰ ਪੱਕੀ ਹੈ ਤੇਰਾ ਨਾਲ ਸਾਡੀ ਤੇਰੀ ਸਾਡੇ ਜੀਣ ਮਰਨ ਇਕੱਠਿਆਂ ਹੀ ਆ ਨਹੀਂ ਨਹੀਂ ਕੋਈ ਨਹੀਂ ਅੱਛਾ ਜੀ ਨਾ ਨਾ ਕਿੱਥੇ ਨਾ ਕਿੱਥੇ ਇੱਥੇ ਪੈਂਦਾ ਤੂੰ ਕਿੱਥੇ ਖੜੇ ਖੇ ਕਰਨਾ ਪੈਂਦਾ ਤੂੰ ਉੱਥੇ ਕਦਾ ਫੋੜਕ ਜਾਵੇਂ ਮੈਨੂੰ ਚੁੱਕ ਕੇ ਉੱਥੇ ਲੈ ਹੁਣ ਜਿਹੜੇ ਕਹਿੰਦੇ ਸੀ ਮਰਾਂਗੇ ਤੇਰੇ ਨਾਲ ਉਹ ਛੱਡ ਕੇ ਮੈਦਾਨ ਨਸ ਗਏ ਮੈਦਾਨ ਨਸ ਗਏ ਰੋੜੀ ਛੱਡ ਕੇ ਤੋੜ ਕੇ ਮਕਾਨ ਵੇਚ ਕੇ ਉੱਥੇ ਖੜੇ ਕੀ ਉੱਥੇ ਕਰ ਗਏ ਹਾਏ ਦੇਖ ਚਾਚਾ ਜੇ ਤਾਂ ਮੇਰੇ ਨਾਲ ਤੂੰ ਤੇ ਕੋ ਮੈਂ ਕੁਝ ਮੰਗਦਾ ਯਾਰ ਨਹੀਂ ਅੱਤੋਂ ਹਰ 6-7 ਮਹੀਨੇ ਗਾਇਪ ਰਿਆਂ ਹਾਂ ਅ ਕੱਲਾ ਉਹ ਹੀ ਕੱਲੇ ਗਿਆ ਕਦੀ ਤੇਰਾ ਮਨੀ ਆਰਡਰ ਆ ਗਿਆ ਕਦੀ ਤੇਰਾ ਉਹ ਕਦੀ ਕੋਈ ਸ਼ੈ ਘਲਦੀ ਕਦੀ ਮੈਂ ਸ਼ਾਮਾਂ ਦਾ ਭੁੱਖਾ ਨਹੀਂ ਲੈ ਕੇ ਸਾਨੂੰ ਭੁੱਖ ਤੈਨੂੰ ਦੇਖਣ ਦੇ ਵੀ ਹੁੰਦੀ ਆ ਤੇ ਹੁਣ ਜੇ ਇਦਾਂ ਹੀ ਰੱਖਣੀ ਆ ਨਾ ਖਬਰਦਾਰ ਕੋਈ ਸ਼ੈ ਘੱਲੀ ਕੋਈ ਹਾਲ ਫਾਫੇ ਦੇ ਵਿੱਚ ਪਾ ਕੇ ਕੋਈ ਹਾਂ ਵੰਸ ਬੰਨੇ ਕੋਈ ਸ਼ਾਮਾਂ ਘਲੀਆਂ ਤੇ ਇੱਥੇ ਚੱਲਦਾ ਪਿਆ ਸਾਰਾ ਕੁਝ ਯਾਰ ਹਾਂ ਤੇ ਆ ਤੇਰਾ ਤੇਰਾ ਰਾਜੀ ਕਰਨ ਲਈ ਤੇ ਮੈਂ ਕਹਿੰਦਾ ਸੀ ਚੱਲ ਯਾਰ ਖਾਉ ਜਿੱਤੇ ਕੱਲ ਜਿੱਤੇ ਆ ਤਾਂ ਫਿਰ ਠੀਕ ਆ ਹਾਂ ਤੇ ਐਡਾ ਨਹੀਂ ਚਾਹੀਦਾ ਜੇ ਤੇ ਆਪ ਆਉਣਾ ਜਾਂ ਆਪ ਗੱਲ ਕਰਨੀ ਆ ਇੱਥੇ ਵਾਹੜਾ ਮੇਰੇ ਕੋ ਵੀ ਕਿਤੇ ਚਾਹ ਸ਼ਾਪ ਪੀਣੀ ਆ ਠੀਕ ਆ ਨਹੀਂ ਤਾਂ ਆਪਣੇ ਜਿੰਨੇ ਖੱਲੇ ਉਤੋਂ ਵਾਫਰ ਫੂਫੇ ਵਿੱਚ ਆ ਗਿਆ ਮੇਰੇ ਕੋ ਮਨ ਜੋੜ ਕੇ ਕੱਲ ਨੂੰ ਅੱਛਾ ਜੀ ਆ ਹਜ਼ੂਰ ਗੱਲ ਇਹ ਹੈ ਹਜ਼ੂਰ ਕਿ ਅਸੀਂ ਮੁੱਦਾ ਬਿਆਨ ਕਰਦੇ ਆਂ ਕਿ ਫੋਨ ਕਰਨ ਦੀ ਸਾਨੂੰ ਜ਼ਰੂਰਤ ਕਿਉਂ ਮਹਿਸੂਸ ਹੋਈ ਯਾਨੀ ਕਿ ਅੱਜ ਵੀ ਜ਼ਰੂਰਤ ਹੀ ਮਹਿਸੂਸ ਹੋਏ ਤੁਹਾਨੂੰ ਹਾਏ ਲੈ ਆਂਦੀਆਂ ਨੇ ਗਰਜ਼ਾਂ ਖਿੱਚ ਕੇ ਇੱਕ ਦੂਜੇ ਦੇ ਨੇੜੇ ਚਾਚਾ ਬਿਸ਼ਾਰਤ ਆਹ ਇਹ ਪਿਆਰ ਇਹ ਮੁਹੱਬਤ ਇਹ ਯਾਰੀਆਂ ਇਹ ਦੋਸਤੀਆਂ ਇੱਕ ਤੇ 1-2% ਤੇ ਹੋ ਸਕਦੀਆਂ ਨੇ ਉਸ ਤੋਂ ਇਲਾਵਾ ਲੈ ਆਉਂਦੀਆਂ ਨੇ ਗਰਜ਼ਾਂ ਕਿਚਕੇ ਇੱਕ ਦੂਜੇ ਦੇ ਨੇੜੇ ਐ ਕੌੜਾ ਸਾਚੀ ਓਏ ਗਾਫਲ صدیਕੀ ਓਏ ਗਾਫਲ صدیਕੀ ਜਦਾਂ ਕਿਤੇ ਦੋ ਇੱਕ ਦੋ ਸ਼ੇਰਾਂ ਯਾਦ ਕਰ ਲੈਣਾ ਹੁੰਦਾ ਮੈਨੂੰ ਮਤਾਸਰ ਕਰਨ ਤੌਰ ਪੈਣਾ ਤੂੰ ਆ ਪਤਾ ਨਹੀਂ ਕਿੱਥੇ ਪੁਛਾਈ ਮਾਲ ਤੇ ਫਿਰ ਨੇ ਆ ਪੋਟੇ ਸ਼ੇਰ ਤੇ ਅਕਰ ਤੇਰੀ ਗਲਤੀ ਹੁੰਦੀ ਨਹੀਂ ਯਾਰ ਕੋਈ ਕੋ ਚੱਜ ਦੀ ਜਿਹੜੀ ਕੋ ਲਿੰਕ ਕਰਦੀ ਹੋਵੇ ਨਹੀਂ ਇਹ ਲਿੰਕ ਨਹੀਂ ਕਰ ਰਹੀ ਕੀ ਲਿੰਕ ਕਰਕੇ ਕੀਤਾ ਇਹਨੇ ਇਹਨੇ ਲਿੰਕੇ ਕੀਤਾ ਕਿ ਹੁਣ ਮੈਨੂੰ ਮਤਲਬ ਸੀ हां ते मतलब, मैं तन्नू फोन कर लिया आ, मतलब बस दस आसी आसी किते आसी तेरे किते काम ਪਲਾਣੇਗਾ ਉਸਨੇ ਗੱਲ ਇਹ ਹੈ ਜੀ ਕਿ ਇੱਕ ਸਾਹਿਬ ਨੇ ਆਛਾ ਤੇ ਬਿਮਾਰ ਨੇ ਆਛਾ ਜਾਇਦਾਦ ਵਾਲੇ हां ਕਰ ਅਮੀਰ ਆਦਮੀ ਮੈਂ ਕਹਿੰਨਾ ਛੱਡ ਗੱਲਾਂ ਦਿਓ

ਕਿਉਂ ਮਤ ਮਾਰੀ ਜਨਾ ਉਹ ਕਹਤੇ ਲੈਂਕਾ ਵੀ ਨਹੀਂ ਕਰਦਾ ਫਿਰ ਵਿੱਚ ਟੁੰਨਦੇ ਨਾ ਕੋਈ ਨਾ ਕੋਈ ਗੱਲ ਖਰੇ ਚਲ ਚਲਾ ਜਿਹੜਾ ਕੋਈ ਹੈਗਾ ਜਿਆਦਾ ਯਾਦ ਕੀਤਾ ਚਲ ਨਹੀ ਨਹੀ ਤੇ ਉਹ ਜਨਾਬ ਜਿਹੜੇ ਨੇ ਬਿਮਾਰ ਨੇ ਪਾਇਆ ਕੋਈ ਹਾਂਜੀ ਹਾਂਜੀ ਬੰਦਾ ਹੈ ਆਛਾ ਬਜ਼ੁਰਗਾਂ ਦੀ ਉਮਰ ਹੈ ਕੋਈ 90 ਕੇ ਸਾਲ ਮਾਸ਼ਾਅੱਲਾ ਅੱਲਾ ਹੋਰ ਲੰਬੀ ਕਰ ਤੇ ਨਹੀਂ ਹੁਣ ਇੰਨੀ ਨਹੀਂ ਹੋਣੀ ਬਕਵਾਸ ਕੋ ਕਰੀ ਜਨਾ ਜ ਬਜ਼ੁਰਗਾ ਬਜ਼ੁਰਗ ਨੇ ਤੇ ਮਾਸ਼ਾਅੱਲਾ ਮਹੀਨਿਆਂ ਦੀ ਗੇਮ ਆ ਚਾਹੇ ਦਿਨਾਂ ਦੀ ਉਹ ਤੇ ਬੰਦੇ ਦੀ ਮਰ ਜਾਣ ਹਾਂਜੀ 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 ਕੀ ਕੋਈ ਬਿਮਾਰੀ ਇੱਕ ਨਹੀਂ ਕੋਈ ਵੀ ਨਹੀਂ 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 ਕੁਝ 4 5 6 7 ਬਿਮਾਰੀਆਂ ਨੇ ਉਹ ਪਤਾ ਬੁੱਢੇ ਬਾਰੇ ਹੋ ਜਾਂਦਾ ਕਦੇ ਖਾਂਗ ਲੱਗੀ ਨਾਲ ਤਾਂ ਚੜ ਜਾਂਦਾ ਕੋਈ ਪਤਾ ਲੱਗਦਾ ਆਈ ਥਿੰਕ ਹੁੰਦਾ ਠੰਡਾ ਮਠਾ ਬੰਦਾ ਰਹਿੰਦਾ ਤੇ ਉਹ ਕਹਰੇ ਸੀਗੇ ਜੀ ਕੋਈ ਨਾ ਸਾਨੂੰ ਇਸ ਤਰ੍ਹਾਂ ਦੇ ਲੋਕ ਚਾਹੀਦੇ ਨੇ ਕੋਈ ਬੰਦਾ ਚਾਹੀਦਾ ਹੈ ਕਿ ਜਿਹੜਾ ਬਜ਼ੁਰਗਾਂ ਨੂੰ ਹਾਂਜੀ 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 ਕਹਿੰਦੇ ਕਿ ਜਿਹੜਾ ਸਾਡੇ ਨਾਲ ਰਵੇ ਨਾਲ ਤੋਂ ਰਾਤ ਕੀ ਮਤਲਬ ਕੋਣ ਤੇ ਘਰ ਅੱਛਾ ਹਾਂਜੀ ਦਿਲ ਲਾਈ ਰੱਖੇ ਦਿਲ ਲਾਈ ਰੱਖੇ ਕੋਈ ਕੋਈ ਗੱਲਾਂ ਹਾਂ ਆ ਜਾ ਗੱਲਾਂ ਕਰੀਏ ਪਿਆਰ ਦੀਆਂ ਆ ਜਾ ਗੱਲਾਂ ਕਰੀਏ ਪਿਆਰ ਦੀਆਂ ਤਫਾ ਹੋ ਜਾ ਕੇ ਤੇ ਘੜੀ ਮੋੜੀ ਸ਼ੇਰ ਘੜੀ ਮੋੜੀ ਸ਼ੇਰ ਤੇ ਲਿੰਕ ਹੁਣ ਤਾਂ ਨਹੀਂ ਬਚ ਗੱਲਦਾ ਉਹਦਾ ਤੇ ਉਹ ਐ ਹੁਣ ਅੱਧਾ ਘੰਟਾ ਗੱਲ ਹੋਈ ਉਹਨਾਂ ਦੀ ਮੇਰੀ ਕਾਹਦੇ ਤੇ ਫੋਨ ਤੇ ਟੈਲੀਫੋਨ ਰੱਖਿਆ ਬੁਝੋ ਹਾਂ 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 ਆਸ਼ਾ ਇੱਕ ਲਾਟਾ ਬਟਨਾਂ ਲਾ ਦੂ ਆਂ ਗੁਲੀਆਂ ਲਾ ਓਹ ਹੋ ਹੋ ਪਤਾ ਨਹੀਂ ਕਿਹੜੇ ਕਿਹੜੇ ਭਾਈ ਅਮੀਰ ਆਦਮੀ ਮੈਂ ਕਿਹਨਾਂ ਛੱਡ ਗੱਲਾਂ ਦਿਓ ਆ ਹੁਣ ਤਾਂ ਤੇ ਉਹ ਕੀ ਕਹਿੰਦਾ ਤੁਹਾਡਾ ਕਹਿੰਦੇ ਜੀ ਕੋਈ ਦੋਸਤ ਆ ਹਬਾਬ ਇਸ ਕਿਸਮ ਦਾ ਨਾਲ ਹੋਣਾ ਚਾਹੀਦਾ ਹਾਂ ਹਾਈ ਟੈਕ ਆ ਉਹਨੇ ਹਾ ਦੋਸਤ ਆ ਹਾਂਜੀ 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 ਮੈਂ ਕਹਤਾ ਕੋਲੋਂ ਲਾਲਾ ਪਾਈ ਜਾ ਜਿੱਦਾਂ ਨਹੀਂ ਨਹੀਂ ਪੜਿਆ ਲਿਖਿਆ ਬੰਦਾ ਹੈ ਆਛਾ ਠੀਕ ਤੇ ਬੰਦਾ ਬਜ਼ੁਰਗ ਹਾਂਜੀ ਹਾਂਜੀ ਤੇ ਫੇ ਤੁਸੀਂ ਮੇਰੇ ਜ਼ਿਹਨ ਚ ਆਏ ਮਤਲਬ ਕਿ ਤੁਸੀਂ ਕੰਮ ਤੇ ਵੀ ਤਾਂ ਜਾਣੇ ਆ ਨਾ ਕੰਮ ਤੇ ਵੀ ਕੰਮ ਦੀ ਰਾਖੀ ਬੰਦਿਆਂ ਨੂੰ ਕਹਿਣਾ ਕਾ ਜਲਦੀ ਕੰਮ ਕਰੋ ਮਾਲਕ ਨਾਲ ਗੱਲਾਂ ਬਾਤਾਂ ਰੇਤ ਦੀ ਟਰਾਲੀ ਲੋਹਾ ਲਈ ਠੀਕ ਹੈ ਨਾ ਐਹੀ ਗੱਲ ਹੈ ਨਾ ਜੀ ਉੱਤੋਂ ਗਰਮੀ ਹੈ ਇਹ ਦੇਖੋ ਕਿ ਜਿੰਨੇ ਕੋ ਤੁਹਾਡੇ ਕੋਲ ਠੇਕੇਦਾਰੀ ਚ ਪੈਸੇ ਬਚਦੇ ਤੁਹਾਨੂੰ ਇੰਨੇ ਇੱਕ ਤੇ ਉਹਨੇ ਮੈਨੂੰ ਕਿਹਾ ਜੀ ਰਾਣਾ ਸਾਹਿਬ ਉਹਨਾਂ ਨੇ ਬਜ਼ੁਰਗਾਂ ਨੇ ਬਜ਼ੁਰਗਾਂ ਨੂੰ ਤੁਹਾਨੂੰ ਪਹਿਲੇ ਵੀ ਕਦੇ ਮਿਲਿਆ ਨਹੀਂ ਨਹੀਂ ਕਦੇ ਕਿਤੇ ਬੈਠੇ ਤਾਂ ਤੁਹਾਡੀਆਂ ਔਲਾਦਾ ਤਾਂ ਲੰਗੀਆਂ ਹੋਣ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹਨੂੰ ਕੋਈ ਪਤਾ ਸੀ ਵੀ ਮੋਨੇ ਨੂੰ ਪਤਾ ਸੀ ਵੀ ਤੈਨੂੰ ਸਾਫ਼ ਕਹਿਣਾ ਹਾਂ ਬਸ ਕਹਿੰਦੇ ਨੇ ਲੋਕ ਨਾ ਅੱਛਾ ਲੱਗਦਾ ਹੈ ਯਾ ਤੋ ਸਾਹਿਬ ਤੈਨੂੰ ਚਾਲਾ ਕਾਲ ਕਾਲ ਬੱਕ ਕੇ ਕਹਿੰਦੇ ਜੀ ਰਾਣਾ ਸਾਹਿਬ ਤੁਸੀਂ ਉਸ ਬੰਦੇ ਨੂੰ ਨਾਲ ਲੈ ਕੇ ਆਉਣਾ ਮਾਨੂੰ ਹਾਂਜੀ ਅੱਛਾ ਹਾਲ ਚਾਲ ਪੁੱਛਣਾ ਨਹੀਂ ਨਹੀਂ ਉਹ ਕਹਿੰਦੇ ਜੀ ਲੈਂਦੇ ਪੈਂਦੇ ਮੈਂ ਆਪਣੀ ਜਿੰਨੀ ਮੇਰੀ ਜਾਇਦਾਦ ਹੈ ਅਮੀਰਾਜ ਮੀਆਂ ਹਾਂ ਉਹ ਮੈਂ ਉਹਨਾਂ ਬਜ਼ੁਰਗਾਂ ਦੇ ਨਾਂ ਕਰਾਉਣੀ ਹੈ ਮਾ ਮਾ ਬੱਚਾ ਹੈ ਨਾ ਜਰਾ ਬੱਚਾ ਬਜ਼ੁਰਗ ਬਿਮਾਰ ਨੇ ਬਜ਼ੁਰਗ ਬਿਮਾਰ ਆ ਉਹਨਾਂ ਨੂੰ ਬੰਦਾ ਚਾਹੀਦਾ ਗੱਲਬਾਤ ਕਰਨ ਵਾਸਤੇ ਹਾਸੇ ਖੇਡੇ ਵਾਸਤੇ ਅੱਛਾ ਦਿਲ ਲਾਉਣ ਵਾਸਤੇ ਅੱਛਾ ਠੀਕ ਆ ਤੇ ਉਹ ਕਹਿੰਦੇ ਜਿੰਨੀ ਚਿਰ ਵੀ ਮੇਰੀ ਜ਼ਿੰਦਗੀ ਆਰ 10 ਦੇ ਨਾ 20 ਦੇ ਨਾ ਮਹੀਨਾ ਆ 2 ਮਹੀਨੇ 5 ਮਹੀਨੇ ਅੱਛਾ ਜਿਹੜਾ ਬੰਦਾ ਤੂੰ ਮੇਰੇ ਨਾਲ ਰਾਣਾ ਇਜਾਜ਼ ਮੈਨੂੰ ਦੇਂਗਾ ਨਾ ਅੱਛਾ ਮੈਂ ਸਾਰੀ ਜਾਇਦਾਦ ਆਪਣੀ ਉਹਦੇ ਨਾਂ ਕਰ ਦੇਣੀ ਜਿਹੜਾ ਉਹਨੂੰ ਸਾਹ ਖੜਾਉ ਹਾਂ ਬਸ ਆਜਾ ਹਾਂ ਆ ਆ ਤੇਰੇ ਆ ਹੁੰਦਾ ਹੀ ਆ ਮੈਂ ਦੇਖਦਾ ਪ੍ਰੋਗਰਾਮ ਆ ਨਾਲ ਲਗਾ ਸੰਡਾ ਜਾ ਰੱਖਿਆ ਟੌਂਡਾ ਦਾ ਲਾਲ ਕੀ ਮੁੰਡਾ ਮੱਖੀ ਲਾ ਜਾ ਉੱਥੇ ਸਾਹ ਖੜਾ ਜਾ ਨਹੀਂ ਨਹੀਂ ਤਾਂ ਨਹੀਂ ਚਾਚਾ ਨਹੀਂ ਚਾਚਾ ਬਿਸ਼ਾਰਤ ਤੂੰ ਜਾਣਾ ਤੂੰ ਜਾਣਾ ਉਹ ਯਾਰ ਮਨ ਮਖੌਲੀਆਂ ਨੇ ਨਾ ਯਾਰ ਮਖੌਲੀਆਂ ਕਰਨੀਆਂ ਹੀ ਨਹੀਂ ਹੈਗੀਆਂ ਗੱਲਾਂ ਹੀ ਕਰਨੀਆਂ ਮਤਲਬ ਗੱਲਾਂ ਇਦਾਂ ਕਿਉਂ ਕਹੂਗਾ ਕਿ ਮੈਂ ਜਿਹਲੇ ਜਵਾਨ ਹੁੰਦਾ ਸੀਗਾ ਮੈਂ ਇੱਕ ਵਾਰੀ ਜਨਾਬ ਸ਼ਿਕਾਰ ਤੇ ਗਿਆ ਤੇ ਚਾਚਾ ਬਿਸ਼ਾਰਤ ਤੂੰ ਪਲੱਗ ਕੀ ਕਹੀ ਜਾਣਾ ਵਾਹ 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 ਅੱਛਾ ਉਹ ਯਾਰ ਇਹ ਤੇ ਅੱਬ ਇਹ ਤੇ ਨਾਂਨ ਸਾਫ ਹੋਇਆ ਓਏ ਇੱਥੇ ਕਾਣਨ ਸਾਫ ਤੇ ਚਾਚਾ ਬਿਸ਼ਾਰਤ ਨਾਂਨ ਸਾਫੀ ਦੇਖਦਾ ਹੈ ਅੱਛਾ ਤੂੰ ਉਹ ਕਹੇ ਨਾ ਕਿ ਮੈਂ ਪੰਜ ਸ਼ੇਰ ਆਉਂਡੇ ਸੀ ਹਾਂ ਤੇ ਮੈਂ ਇੱਕੋ ਗੋਲੀ ਨਾਲ ਪੰਜ ਮਾਰਤੇ ਤੂੰ ਕਹਿੰਦਾ ਆਹਾ ਹਾ 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 ਮਾ ਖੱਪੜਾ ਨਾ ਮਾਰੋ ਕਹਿੰਦਾ ਇਹ ਕਿ ਬਕਵਾਸ ਆ ਕੀ ਮਤਲਬ ਯਾਰ ਇਕਾ ਕੋਲੀ ਨਾ ਉਹ ਤਾਂ ਕਹਿੰਦਾ ਪੰਜ ਫੇ ਮਾਰ ਏਡੇ ਕਾਪਾ ਜੋ ਮਾਰਦਾ ਤੇ ਉਹ ਨੂੰ ਨਹੀਂ ਪਤਾ ਪਏ ਮਰਨੇ ਪੰਨੇ ਲਾ ਨਾ 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 ਚਾਚਾ ਬਿਸ਼ਾਰਤ ਮਾ ਕੋ ਬਾਬਾ ਕਹਿੰਦਾ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਹਾਂ ਇਹ ਜਿਹੜਾ ਕਹਿੰਦੇ ਨਾ ਘੋੜੇ ਦੀ ਪਿਛਾੜੀ ਆ ਤੇ ਅਫਸਰ ਦੀ ਅਗਾੜੀ ਤੋਂ ਬਚਣਾ ਚਾਹੀਦਾ ਹਾਂ ਕੰਜੇ ਘੋੜੇ ਦੇ ਪਿੱਛੇ ਇਸ ਵਾਸਤੇ ਨਹੀਂ ਲੰਗੀਦਾ ਹੁੰਦਾ ਕਿਉਂ ਲੱਤ ਮਾਰ ਦੇਗਾ ਹਾਂ ਇੱਥੇ ਹੀ ਕਰਦਾ ਅਫਸਰ ਦੀ ਅਗਾੜੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਅੱਗੇ ਲੰਘਣਾ ਹਾਂ ਉਹਦਾ ਮਤਲਬ ਹੁੰਦਾ ਉਹਦੀ ਗੱਲ ਨੂੰ ਰਿਜੈਕਟ ਕਰਨਾ ਯਾਨੀ ਕੋ ਜਵਾਬੇ ਕਬ ਤੇ ਜਾਂਚ ਕਰਾ ਦੋ ਓਏ ਮੈਂ ਕਹਿੰਨਾ ਇਸ ਯਸ ਸਰ ਨੇ ਨਾ ਬੰਦੇ ਧਾਰਤੇ ਮਤਲਬ ਇਹ ਗੱਲ ਮੈਂ ਇਦਾ ਵੀ ਲਾਲਾ ਭਾਈ ਵੱਡੇ ਦੇ ਅੱਗੇ ਬਾਸ ਉਹਨਾਂ ਜਾਂਚ ਕਰੀ ਜਾਓ ਕਰੀ ਜਾਓ ਤੇ ਤੁਹਾਨੂੰ ਮੁਰਾਦ ਲੱਭ ਜੂ ਭਵੇਂ ਉਹ ਝੂਠ ਮਾਰੇ ਫਟੋ ਮੈਂ ਆਕੇ ਥੋੜਾ ਜਿਹਾ ਘਬਰਾਉਂਦਾ ਜੈਸੇ ਇਸ਼ਾਰਤ ਹੌਸਲਾ ਅੱਛਾ ਹੌਸਲਾ ਹੌਸਲਾ ਨਹੀਂ ਉਹਦੇ ਅੱਗੇ ਹੌਸਲਾ ਅੱਛਾ ਮੈਂ ਮਤਲਬ ਸਿੱਖ ਲਾ ਨਾ ਕਿ ਵਾਹ ਵਾਹ ਕਰਨੀ ਹੈ ਅੱਛਾ ਚੱਲ ਤੋ ਕੋ ਗੱਲ ਕਰ ਮਤਲਬ ਠੀਕ ਹੈ ਤੇ ਕੱਲ ਨੂੰ ਆਪਾਂ ਜਾਣਾ ਹੈ ਉਹ ਦੇਖੋ ਹਾਂਜੀ ਅੱਛਾ ਠੀਕ ਹੈ ਤੇ ਇਹ ਆ ਕਿ ਕੱਲ ਨੂੰ ਜਾਂਦੇ ਹੀ ਆਪਾਂ 11 ਵਜੇ ਨਾਲੇ ਚਾਸ਼ਾ ਪੀਵਾਂਗੇ ਹੋਰ ਦੇਖੋ ਹਾਂਜੀ ਅੱਛਾ ਤੇ ਨਾਲੇ ਮੈਂ ਆਪ ਵਸੀਅਤ ਨਾਮਾ ਲਿਖਾਉਂਗਾ ਵਕੀਲ ਨੂੰ ਮੈਂ ਕਹਤਾਂ ਨਹੀਂ ਉਹਨੇ ਆਪ ਕਿਹਾ ਆਪ ਉਹਨੇ ਆਪ ਤੇ ਉਹ ਆਪੇ ਕਹੇ ਧੀ ਪੁੱਤ ਨੂੰ ਦਵੇ ਧੀ ਪੁੱਤ ਨਹੀਂ ਨਾ ਹੈ ਕੱਲਾ ਹੀ ਆ ਹਾਂਜੀ ਹਾਂਜੀ ਕੱਲਾ ਕੋਈ ਚਾਚਾ ਮਾਮਾ ਨਹੀਂ ਨਹੀਂ ਕੋ ਉਹ ਉਹ ਖਾਨਦਾਨ ਸਾਰੇ ਨਾਲ ਲੜਾਈ ਹੈ ਬੜੀਆਂ ਗਾਲਾਂ ਕੱਢਦਾ ਸਾਰੇ ਖਾਨਦਾਨ ਨੂੰ ਉਹ ਜ਼ਰੀਲਾ ਹਾਂ ਜ਼ਰੀਲਾ ਆਛਾ ਜਲੇ ਸਭ ਸ਼ਾਇਦ ਆਪਣੇ ਖਾਨਦਾਨ ਨੂੰ ਕਵੇ ਨਾ ਕਿ ਰਿਸ਼ਤੇਦਾਰ ਗੰਦੇ ਹੁੰਦੇ ਹਾਂ ਤੇ ਤੂੰ ਅਗੋ ਕਹਿਣਾ ਇਹ ਗੰਦੇ ਨਹੀਂ ਬਹੁਤ ਗੰਦੇ ਹੁੰਦੇ ਉਹਦੇ ਉਹਦੇ ਹਾਂ ਉਹਦੇ ਵੀ ਮੱਕਾ ਨਾ ਬਚੇ ਰੇ ਬਹੁਤ ਹਾਂ ਹਾਂ ਮੈਂ ਮੇਰੇ ਅੱਲਾ ਨਾਲ ਉਹ ਗਲ ਕਰੀ ਜਾਵਾਂ ਨਹੀਂ ਨਹੀਂ ਬਚ ਕੇ ਜ਼ਰਾ ਆਛਾ ਬਚ ਕੇ ਹੌਸਲਾ ਇਹ ਐ ਪਾਣੀ ਦਾ ਗਲਾਸ ਦਿੱਤਾ ਆਛਾ ਨਾਲ ਜਿਹੜੀ ਦਵਾਈ ਕਹੂਗਾ ਹਾਂ ਉਹ ਦੇ ਦਿੱਤੀ ਤਬੂ ਦਵਾਈਆਂ ਵੀ ਨਾਲ ਖਾਂਦਾ ਹਾਂ ਹਾਂ ਦਵਾਈਆਂ ਖਾਂਦਾ ਤੇ ਯਾਰ ਮੈਂ ਤਾਂ ਅੰਗਰੇਜ਼ੀ ਚ ਜੜਿਆ ਪੜਿਆ ਕੋਈ ਨਹੀਂ ਤਾਂ ਫਮ ਨਹੀਂ ਉਹ ਆਪੋ ਆਪ ਹੀ ਦੱਸ ਦੇਗਾ ਕਿ ਆ ਗੋਲੀ ਕੱਢ ਦੇ ਆ ਗੋਲੀ ਕੱਢ ਦੇ ਬਹੁਤ ਪੜਿਆ ਲਿਖਿਆ ਹੈ ਅੱਛਾ ਉਹ ਮੈਂ ਕਹਿੰਦਾ ਛੱਡ ਗੱਲਾਂ ਦਿਓ ਚਲੋ ਘੱਲ ਲੈਣੇ ਨੋ ਕੋਈ ਹੈ ਕਿਹੜੀ ਗੱਲਾਂ ਨਾਲੇ ਮੇਰੀ ਦੇਖਾ ਜਾਪੇ ਤਾਂ ਮੇਰਾ ਭਟਾ ਭਰਾ ਹੀ ਪੜਦਾ ਬਸ ਆਹ ਦੇਖ ਤਾਂ ਤਬ ਇਸ਼ਾਰਤ ਸਿਆਣਾ ਬੰਦਾ ਸਿਆਣੀ ਗੱਲ ਆ ਮੰਜੀ ਵਿਚਾਰਤੀ ਉਹਨੂੰ ਚਾਹ ਬਣਾਤੀ ਨਾ 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 ਮੰਜੀ ਵਾਲਾ ਤਾਂ ਕੰਮ ਹੀ ਕੋਈ ਨਹੀਂ ਬੈੱਡ ਲੱਗ ਬੈੱਡ ਮੈਂ ਕਹਿੰਨਾ ਛੱਡ ਆ ਵਾ ਕੀਤਾ ਵੱਡੇ ਵੱਡੇ ਘਰਾਂ ਦੇ ਵਿੱਚ ਕੰਮ ਉਹਨਾਂ ਦੇ ਹੋਰ ਹੀ ਹੁੰਦੇ ਆ ਹਾਂ ਮੈਂ ਫਿਰ ਬਾਥਰੂਮ ਸੁੱਥਰੇ ਯਾਰ ਮਨੂੰ ਖੱਜ ਚਾਰਦੀ ਨਾਲ ਛੋੜੇ ਜਿਹੇ ਦੂਜੇ ਬਾਥਰੂਮ ਹੋਵੇ ਯਾਰ ਚਾਚਾ ਵੀ ਸ਼ਹਿਰਤ ਹਾਂ ਨਹੀਂ ਪੁੱਛ ਸੁੱਥਰੇ ਮੈਂ ਨਾ ਪੁੱਛਿਆ ਨਹੀਂ ਜਾਇਦਾ ਜੀ ਕੀ ਆ ਫੜਾਓ ਜੀ ਤੇਰਾ ਮੈਨੂੰ ਫੋਨ ਮੈਂ 1 ਮਿੰਟ ਉਹ ਤਾਂ ਹੇ ਇਹ ਤਾਂ ਪੁੱਛ ਲਈ ਹੈ ਨਾ ਉਹ ਨਹੀਂ ਉਹ ਬੁਰਾ ਲੱਗਦਾ ਯਾਰ ਫਿਰ ਆਪਾਂ ਹੀ ਦੇ ਦੋ ਆ ਜਿਹੜੀਆਂ ਕੋਠੀਆਂ ਕਾਰਾਂ ਉਹ ਕੋਹਾ ਉਹ ਆਪੇ ਜੋ ਦਿਲ ਕਰੋ ਨਹੀਂ ਨਹੀਂ ਸਰ ਸਰ ਨਹੀਂ ਤਾਂ ਲੈ ਫੋਨ ਕਰ ਲਗਾ ਹਾਂ ਇੱਕ ਵਾਰ ਆਸ਼ਾ ਕਰਨਾ ਆ ਜਾ ਉਹਨੂੰ ਕਹਦੇ ਵੀ ਠੀਕ ਆ ਬੰਦਾ ਓਕੇ ਯਾਰ ਮੈਨੂੰ ਕੋਈ ਹਾਂ ਹੈ ਨਾ ਚਾਚਾ ਬਿਸ਼ਰਾ ਤੇ ਲੈ ਲਓ ਅਮੀ ਨਵਾਂ ਟਕਾਂਡਿਆ ਉਹ ਮਹੀਨਾ ਨਾ ਤੇ ਉੱਤੇ ਡੇਢ ਲੱਗ ਜਾਊਗਾ ਹੋਰ ਕੀ ਹੁਣ ਚਲੋ ਮੇਰਾ ਕੰਮ ਦਾ ਨੱਕੇ ਤੇ ਆਇਆ ਪਿਆ ਨਾਲੇ ਰੱਬ ਰਾਜੀ ਯਾਰ ਕਿਸੇ ਨੂੰ ਰਾਜੀ ਲਾਉਣਾ ਫੇ ਜਾਇਦਾਦ ਨਹੀਂ ਲੈਣੀ ਉਹ ਆਪੇ ਤਾਂ ਕਹੀ ਜਾਣਾ ਦੇ ਦੇ ਦੂਗਾ ਤਾਂ ਫਿਰ ਕਿਹੜੀ ਗੱਲ ਆ আচ্ছা ਤੇ ਨਹੀਂ ਮੈਂ ਕਿ ਕੱਲਾ ਰੱਬ ਹੀ ਰਾਜ਼ੀ ਕਰਨਾ ਚਾਹੀਦਾ ਨਹੀਂ ਨਹੀਂ ਰੱਬ ਦਾ ਬੰਦਾ ਵੀ ਤੇ ਹੋਣਾ ਚਾਹੀਦਾ ਨਾ ਯਾਰ ਹਲੋ ਸਪੀਕਰ ਹੈਲੋ ਅੱਛਾ ਕਾਲ ਕਰ ਅਗਾ ਸਾਹਿਬ ਅਸਲਾਮੁਅਲੈਕਮ ਜੀ ਵਾਹ ਲੱਗਾ ਅੱਛਾ ਤਰ ਲੱਗਾ ਜੀ ਜੀ ਅਲਹਮਦੁਲਿਲਾ ਜੀ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਤੁਸੀਂ ਸੁਣਾਓ ਕਿਦਾਂ ਜੀ 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 ਮੈਂ ਉਸੇ سلسلے ਤੁਹਾਨੂੰ ਕਾਲ ਕੀਤੀ ਹੈ ਕਿ ਉਹ ਮੇਰੀ ਗੱਲ ਹੋ ਗਈ ਹੈ ਚਾਚਾ ਜੀ ਨਾ ਤੁਸੀਂ ਅਸਲਾਮੁਅਲੈਕਮ ਅਸਲਾਮੁਅਲੈਕਮ ਯਕੀਨ ਕਰੋ ਜੀ ਤੁਸੀਂ ਕਿਤੇ ਮਤਲਬ ਕਿ ਇਹ ਤੁਸੀਂ ਦੇਖ ਲਓ ਕਿ ਗੋਦੜੀ ਦੇ ਵਿੱਚ ਜਿਵੇਂ ਲਾਲ ਨਹੀਂ ਹੁੰਦਾ ਜੀ ਇੰਜ ਆ ਚਾਚਾ ਬਿਸ਼ਾਰਤ ਮਤਲਬ ਕਿ ਜਿਵੇਂ ਸਮਝ ਲਓ ਕਿ ਨਾਗਾ ਇਹ ਹੁਣ ਤੁਸੀਂ ਜੋਹਰੀਆਂ ਤੁਹਾਨੂੰ ਪਤਾ ਹੈ ਕਿ ਕਢਾ ਕੇ ਤੁਸੀਂ ਕਿਦਾਂ ਮੁੰਦੀ ਚ ਪਾਉਣਾ ਉਹ ਜੀ ਹੈ ਉਹ ਏ ਉਹ ਚਾਚਾ ਬਿਸ਼ਰਾ ਦਾ ਉਹ ਸਾਹਾ ਬਗੇ ਉਹ ਕਮਿਹਾਰ ਨੂੰ ਹੀਰਾ ਲੱਭਾ ਸੀ ਨਾ ਉਹਨੇ ਖੋਤੇ ਦੇ ਗੱਲ ਚ ਪਾਤਾ ਸੀ ਪੋਠੀਆਂ ਮਸਾਲਾ ਵਾਲਾ ਤੇ ਪੋਠੀਆਂ ਤੇ ਉਹ ਚਾਚਾ ਬਿਸ਼ਰਾ ਸਮਝੇ ਲੋ ساری ਜ਼ਿੰਦਗੀ ਖੋਤੇ ਦੇ ਗੱਲ ਚ ਹੀ ਰਿਹਾ ਹੈ ਉਹ ਮੋਟਾ ਯਾਰ ਕੀ ਕਰਨਾ ਆ ਪੂ ਸੱਤਿਆ ਬੰਦਿਆਲੀਆ ਦਾ ਲਾਕਾ ਜੀ 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 ਨਹੀਂ ਨਹੀਂ ਖੋਤੇ ਨਹੀਂ ਰੱਖੇ ਹੋਏ ਕਮਿਹਾਰ ਨਹੀਂ ਹੈਗੇ ਮਿਸਾਲ ਦਿੱਤੀ ਹੈਗਾ ਸਰ ਸਾਹਮਣਾ ਕਰ ਮੇਰੀ ਜੇ ਸੌਂਦਾ ਕਿ ਮੇਰਾ ਵੀ ਪੁੱਛਾ ਦੇ ਜੀ ਜੀ ਮੈਂ ਸਿਰਫ ਬਸ ਉਹ ਇੱਕ ਦੇਖੋ ਸ਼ਰਤ ਸ਼ਰਮ ਨਹੀਂ ਹੁੰਦੀ ਤੁਸੀਂ ਮੈਨੂੰ ਕਿਹਾ ਸੀਗਾ ਕਿ ਜੀ ਸਾਰੀ ਜਾਇਦਾਦ ਉਹਨਾਂ ਦੇ ਨਾਂ ਆ ਜਾਇਆ ਤੇ ਇਹ ਆ ਕਿ ਕਾਦੇ ਯਾਰ ਕਾਦੇ ਨਹੀਂ ਬਸ ਜੀ ਛੋਟਾ ਮੂੰਹ ਤੇ ਵੱਡੀ ਗੱਲ ਹੈ ਕਿ ਮੈਂ ਬਸ ਇਹ ਚਾਹ ਰਿਆ ਸੀਗਾ ਕਿ ਜਰਾ ਅਗਰ ਮੈਨੂੰ ਤਫਸੀਲ ਥੋੜੀ ਜੀ ਮਿਲ ਜਾਵੇ ਦੇਖੋ ਜੀ ਅਸੀਂ ਨਾ ਚੋਰਾਂ ਨਾ ਚੋਰ ਦੇ ਭਾਈ ਆ ਅਸੀਂ ਹੈਗੇ ਵਿਚੋਲੇ ਆਹੋ ਕਿ ਅਸੀਂ ਦੋ ਲੱਤਾਂ ਨੂੰ ਮਲਾਉਣਾ ਹੈ ਓਏ ਬੰਦੇ ਹੁੰਦੇ ਆ ਖੋਤਿਆ ਬੱਧਾਂ ਜੀ ਹੱਥਾਂ ਨੂੰ ਜੀ ਹਾਂਜੀ ਲਾ ਹੱਥਾਂ ਨੂੰ ਡਿਗਾ ਲੱਗੇ ਆ ਜੀ ਜੀ ਹਾਂਜੀ ਬਸ ਜਾਇਦਾਦ ਦੀ ਤਫਸੀਲ ਜਰਾ ਹਾਂਜੀ ਦੱਸ ਦਿਨਾ ਮੈਨੂੰ ਕੀ ਕੀ ਦੱਸਾਂ ਅੱਛਾ ਜੀ ਆਹ ਓਏ ਆ ਗੱਡੀ ਦਾ ਵੀ ਕਹੇ ਯਾਰ ਤੂੰ ਚੋਟ ਲਈ ਜਿੱਦਾਂ ਓਹ ਅੱਛਾ ਇੱਕ ਬਿੱਲੀ ਹੈ ਜੀ ਓਕੇ ਓਏ ਹੈ ਮੈਂ ਗੱਡੀ ਕਾਹਨ ਨਾ ਤੋਂ ਬਿੱਲੀ ਕਹੀ ਜਾਂਦਾ ਅੱਛਾ ਇੱਕ ਸਾਈਕਲ ਕੀ ਸਾਈਕਲ ਚਾਚਾ ਓਏ ਉਹ ਚੱਕਾ ਪਵਾ ਲੈਗਾ ਚਾਚਾ ਬਸ਼ਾਰਤ ਦਾ ਪਿਛਲਾ ਖਰਾਬ ਹੋ ਗਿਆ ਅਗਲਾ ਪਿਛਲਾ ਚਲੋ ਕੋਈ ਨਹੀਂ ਤੇ ਟਾਇਰ ਟੂਬ ਉਹ ਜਿਆਦਾ ਤਾਂ ਪੁੱਛਣਾ ਯਾਰ ਆ ਕੇ ਬਕਵਾਸ ਕਰੀ ਜਾਂਦਾ ਅੱਛਾ ਟਾਇਰ ਟੂਬ ਵੀ ਨਹੀਂ ਹੈਗੇ ਠੀਕ ਹੈ ਕਹਦਾ ਅੱਛਾ ਜੀ ਇੱਕ ਖਰਾਬ ਟੀਵੀ ਹੈ ਜੀ ਚਲੋ ਕੋਈ ਮਸਲਾ ਨਹੀਂ ਅਛਾ ਪੁਰਾਣਾ ਜਿਹੜਾ ਲੱਕੜ ਬਾਡੀ ਵਾਲਾ ਉਹ ਟੂਪਾਂ ਵਾਲਾ ਹੁੰਦਾ ਸੀਗਾ ਉਹ ਟੂਪਾਂ ਪਵਾ ਲੈਗਾ ਚਾਚਾ ਬਿਸ਼ਾਰਤ ਉਹਦਾ ਦਾਦਾ ਪੋਛਾ ਖੋਦਦੇ ਤੇ ਪੁੱਤਰਾ ਦਾਦਾ ਪੋਛਾ ਹਾ ਕੇ ਕਿ ਕਿ ਲੱਗਾ ਟੀਵੀ ਤੋਂ ਵੀ ਕਰ ਅੱਛਾ ਚਲੋ ਮਤ ਇਸ ਤਿੰਨਾਂ ਚੀਜ਼ਾਂ ਤੋਂ ਇਲਾਵਾ ਤਾਂ ਕੋਈ ਚੀਜ਼ ਨਹੀਂ ਚਾਦਾਤ ਜਗਾ ਪੋਛੋ ਜਗਾ ਕਿ ਨਹੀਂ ਆ ਓਕੇ ਜੀ ਓਕੇ ਜੀ ਬਸ ਸਵੇਰੇ ਮੈਂ ਵਕੀਲ ਲੈ ਆਵਾਂਗਾ ਇਹ ਤਿੰਨਾਂ ਹੀ ਚੀਜ਼ਾਂ ਤੁਸੀਂ ਪਹਿਲੇ ਸਾਹਮਣੇ ਲਿਆਉਣੀਆਂ ਜੀ ਉਹਦੀ ਤਸਵੀਰਾਂ ਵੀ ਖਿੱਚਣੀਆਂ ਮੈਂ ਤੇ ਕੁਕਲੀ ਅਟਕ ਆ ਰਿਹਾ ਯਾਰ ਜੀ 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 ਅਸੀਂ ਸਵੇਰੇ 11 ਵਜੇ ਚਾਹ ਤੇ ਆ ਰਹੇ ਹਾਂ ਜੀ 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 ਚਾਹ ਅਸੀਂ ਲੈ ਕੇ ਆਵਾਂਗੇ ਜੀ ਜਗਾ ਦਾ ਪੁੱਛੋ ਚਾਹ ਅਸੀਂ ਲੈ ਕੇ ਆਵਾਂਗੇ ਬਿਸਕੁਟ ਕਿਹੜੇ ਖਾਂਦੇ ਹੋ ਜੀ ਬਿਸਕੁਟ ਓਕੇ ਜੀ ਲੂਣੇ ਓਕਾ ਕੋਠੀ ਦਾ ਲੂਣੇ ਬਿਸਕੁਟ ਵੀ ਲੈ ਆਵਾਂਗੇ ਓਕੇ ਜੀ ਓਕੇ ਜੀ ਓਕੇ ਓਕੇ ਚਾਚਾ ਵੀ ਸ਼ਾਰਤ ਯਾਰ ਟੈਲੀਫੋਨ ਪੰਦ ਜੀ ਜੀ ਹੋ ਗਿਆ ਜੀ ਉਹ ਯਾਰ ਤੂੰ ਜ਼ਾਇਦਾਦਾਂ ਦਾ ਪੁੱਛਿਆ ਹੀ ਨਹੀਂ ਜ਼ਾਇਦਾਦਾਂ ਦਾ ਹੀ ਪੁੱਛਿਆ ਅੱਛਾ ਉਹ ਵੀ ਦੱਸਿਆ ਹਾਂਜੀ ਕੀ ਕੰਡਾ ਇੱਕ ਜ਼ਾਇਦਾਦ ਚ ਹੈਗੀ ਬਿੱਲੀ ਬਿੱਲੀ ਨਾ ਬਿੱਲੀ ਬਿੱਲੀ ਕੀ ਕੀ ਬੋਲਿਆ ਤੂੰ ਬਿੱਲੀ ਉਹ ਜ਼ਾਇਦਾਦਾਂ ਦੇ ਵਿੱਚੋਂ ਪੁੱਛ ਰਿਹਾ ਤੈਨੂੰ ਬਿੱਲੀ ਆ ਉਹ ਬਿੱਲੀ ਕਹਣੀ ਆ ਤੈਨੂੰ ਮੈਂ ਕਹਾਂ ਨਿਆ ਭਈ ਉਹਨੇ ਜਾਇਦਾਦ ਕੀ ਦਸੀ ਗੱਡੀਆਂ ਪਲਾਟ ਕੋ ਮਕਾਨ ਕੋ ਕੋਠੀ ਤੇ ਹਾਕ ਕਿਹੜੀ ਗੱਲ ਹੋਈ ਬਿੱਲੀ ਵਾਸੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਹੋਊਗਾ ਉਹ ਵੀ ਉਹ ਵੀ ਨਾਲ ਸਮਾਨ ਵੀ ਕਿੱਦਾਂ ਹੋਣਾ ਲੱਗ ਜਾ ਨਹੀ ਨਹੀ ਉਹ ਅਸਲ ਜਿਹੜੇ ਬਜ਼ੁਰਗ ਨੇ ਨਾ ਹਾਂ ਇੱਕ ਮਕਾਨ ਬਣਨ ਡਿਆ ਨਾ ਅੱਛਾ ਉਹ ਅੱਧ ਚ ਰੁਕਿਆ ਹੈ ਉਹਨਾਂ ਦਾ ਨਹੀ ਨਹੀ ਉਹਨਾਂ ਦਾ ਨਹੀਂ ਕਿਸੇ ਦਾ ਬਣਨ ਡਿਆ ਸੀ ਅੱਛਾ ਉਹ ਮਾਲਕ ਜਿਹੜੇ ਨੇ ਉਹ ਇੰਗਲੈਂਡ ਰਹਿੰਦੇ ਨੇ ਉਹਨਾਂ ਨੇ ਦੱਸਿਆ 15 ਸਾਲਾਂ ਨੂੰ ਆਉਣਾ ਨਾ ਤੇ ਬਜ਼ੁਰਗ ਜਿਹੜੇ ਨੇ ਖਾਲੀ ਮਕਾਨ ਸਮਝ ਕੇ ਵਿੱਚ ਇੱਕ ਨੁੱਕਰ 'ਚ ਬੈਠੇ ਹੋਏ ਨੇ ਆ ਆਪਣਾ ਨਹੀਂ ਕਾ ਨਹੀਂ ਨਹੀਂ ਮੈਂ ਮਤਲਬ ਉਹ ਇਹ ਨਹੀਂ ਕਾ ਸਕਦਾ ਕਿਸੇ ਨੂੰ ਸਾਡੇ ਘਰ ਆ ਜਾਓ ਆ ਆਪਣਾ ਨਹੀਂ ਕਾ ਨਹੀਂ ਨਹੀਂ ਕੀ ਆਪਣਾ ਇੱਕ ਹੈਗਾ ਜੀ ਸਾਈਕਲ ਸਾਈਕਲ ਬਜ਼ੁਰਗ ਜੀ ਚਲੇ ਆ ਨਹੀਂ ਰਿਹਾ ਪਿਛਲੇ 15 20 ਸਾਲ ਤੋਂ ਸਾਈਕਲ ਨੂੰ ਹਾਂਜੀ ਤੇ ਚੱਕਾ ਕੋਈ ਪਿਛਲਾ ਕੱਢ ਕੇ ਲੈ ਗਿਆ ਉਹ ਯਾਰ ਮੈਨੂੰ ਕੀ ਹੈ ਸਾਈਕਲ ਨੂੰ ਮੈਨੂੰ ਕੀ ਉਹਦੀ ਜਾਇਦਾਦ ਕੀ ਉਹਨੇ ਦਸੀ ਆ ਉਹ ਇਹ ਜਾਇਦਾਦ ਦੀ ਦੂਸਰੀ ਛੇ ਦੱਸਣੀਆਂ ਜੀ ਇਹ ਵੀ ਮੈਨੂੰ ਦੜੀਆਂ ਹਾਂ ਸਾਈਕਲ ਹਾਂ ਬਿੱਲੀ ਤੇ ਇੱਕ ਹੈਗਾ ਜੀ ਪੁਰਾਣੀ ਬਾਡੀ ਲੱਕੜ ਬਾਡੀ ਦਾ ਟੀਵੀ ਹੈ ਉਹ 40 50 ਸਾਲ ਹੋ ਗਿਆ ਚਲਾਇਆ ਹੀ ਨਹੀਂ ਇਹਦੀ ਬਿੱਲੀ ਹੈ ਨਾ ਜੀ ਇਨੇ ਉਸ ਟੀਵੀ ਦੇ ਵਿੱਚ ਪਿਛਲੇ ਪਾਸੇ ਉਹਦੀ ਗੱਤਾ ਤੋੜ ਕੇ ਵਿੱਚ ਬੱਚੇ ਦਿੱਤੇ ਹੋਏ। ਓਏ! ਓਏ ਖੋਤੇ ਦੀਆਂ ਛੋਟੀਆਂ ਪੂਛ ਲੈ ਮੈਂ ਤੈਨੂੰ ਕਈਆਂ ਨਾ ਪਈ ਉਹਨਾਂ ਜਿਹੜੀ ਜਾਇਦਾਦ ਅਸੀਂ ਆ ਤੂੰ ਕੋ ਬਿੱਲੀ ਦਸੀ ਜਾਂਦਾ ਮੈਨੂੰ। ਐ ਹੀ ਐ। ਨਹੀਂ ਮੈਂ ਬਿੱਲੀ ਲੈਣੀ ਆ। ਹਾਂਜੀ ਬਿੱਲੀ ਵੀ ਸਾਈਕਲ ਵੀ ਤੇ ਟੀਵੀ ਵੀ। ਓਏ ਮੈਂ ਬਿੱਲੀ ਕੋ ਲੈਣੀ ਆ। ਮੈਂ ਇੱਕ ਮਹੀਨਾ ਸਾਰਾ ਕੰਮ ਚੂਹੇ ਫੜਨ ਲਈ ਉਹ ਕਰੰਦੇ ਆ ਇੱਕ ਬਿੱਲੀ ਵਾਸਤੇ। ਬਿੱਲੀ ਮਾਂ ਕੀ ਕਰਨੀ ਆ ਬਸ ਇਹ ਗੱਲਾਂ ਜਿਹੜੀਆਂ ਕਰਦਾ ਰਵੇ ਉਹ ਤੇ ਹਾਂਜੀ ਹਾਂਜੀ ਕਹੀ ਦੇਣਾ ਕੋਕੋ ਬਿੱਲੀ ਨਾ ਮਿਲ ਜਾਵੇ ਓਏ ਓ ਮਤਰੇ ਕੰਡੇ ਸੰਡੇ ਓ ਖੋਤੇ ਦੇ ਕਾਨ ਬਿੱਲੀ ਕਦੇ ਕਿਸੇ ਨੂੰ ਜਾਇਦਾਦ ਤੇ ਦਿੱਤੀ ਆ ਮੈਂ ਬਿੱਲੀ ਕੀ ਕਰਨੀ ਆ ਮੈਨੂੰ ਇਹ ਦੱਸ ਉਹ ਤੁਹਾਡੀ ਮਰਜ਼ੀ ਆ ਦੇਖੋ ਜੀ ਜਿਹਨੂੰ ਜਾਇਦਾਦ ਮਿਲ ਗਈ ਉਹਦਾ ਜੋ ਮਰਜ਼ੀ ਕਰੇ ਆ ਸ਼ਾ ਜਾਇਦਾਦ ਆ ਇਹਦਾ ਨਾਮ ਹਾਂ ਮਤਲਬ ਮੈਨੂੰ ਕੋਈ ਪੁੱਛੇ ਭਈ ਬਿਚਾਰਤ ਆ ਕੀਆ ਮਾਕਮਾ ਮੇਰੀ ਜਾਇਦਾਦ ਆ ਹਾਂ ਮੁਰਕੇ ਮਹੀਨੇ ਖ ਬਾਪ ਪਤਾ ਲੱਗਾ ਮੇਰੀ ਜਾਇਦਾਦ ਸੂਪਈਆ ਤੇ ਉਹਨੇ ਛੋਟੇ ਛੋਟੇ ਪੰਜ ਪਲਾਟ ਦਿੱਤੇ ਓਏ ਓਏ ਆਮ ਆਮ ਮਿਸਰੀ ਚਬਲਾ ਓ ਕ ਹਿਆਲੂ ਅੱਠ ਵਾਰ ਮੈਂ ਮੈਂ ਉੱਥੇ ਬਿੱਲੀ ਲੈ ਜਾਊਗਾ ਪਹਿਲਾ ਬੰਦਾ ਮੈਂ ਟੁੜੀਆਂ ਦਾ ਹੋਣਾ ਵੀ ਪਤਾ ਲੱਗਾ ਮੇਰੀ ਜਾਇਦਾਦ ਨੇ ਮੈਨੂੰ ਨੋਂਦਰਾ ਮਾਰਤੀਆਂ ਲੋਕੀ ਜਾਇਦਾਦ ਲੈ ਆ ਕੇ ਬੈਂਕ ਚ ਰੱਖਦੇ ਮੈਂ ਜਾਇਦਾਦ ਲੈ ਆ ਕੇ ਤੇ ਡੱਬੇ ਚ ਟੱਕ ਦਿਆਂਗਾ ਲੋਕਾਂ ਦੀ ਜਾਇਦਾਦ ਦੇ ਨਾਲ ਲੋਕੀ ਅਮੀਰ ਹੋ ਜਾਂਦੇ ਪਤਾ ਲੱਗੇ ਮੇਰੀ ਜਾਇਦਾਦ ਦਾ ਰੋਜ਼ ਮੇਰਾ ਦੁੱਧ ਪੀਈ ਜਾਂਦੀ ਘਰ ਦੀ ਦਰ ਫਟੇ ਮੂੰ ਲੱਖ ਲਾਲਾ ਤਾਂ ਆਵੇ ਤੇਰੇ ਤੇ ਦੂਜੀ ਕਿਹੜੀ ਜਾਇਦਾਦ ਆ ਸਾਈਕਲ ਇੱਕ ਸਕਲ ਹਾਏ ਟਾਇਰ ਦੀ ਹੈਗਾ ਪਿਛਲਾ ਉਹ ਤੇਰੇ ਤੱਕ ਤੱਕ ਤਰੇ ਵਜੇ ਕਦ ਤੱਕ ਪਹੁੰਚਦਾ ਪਿਛਲਾ ਟਾਇਰ ਖਾਣੇਗਾ ਨਹੀਂ ਨਹੀਂ ਜੋ ਰੋਕੇ ਕੋ ਸਟਾਰ ਤੇ ਚਲਾਉਂਦਾ ਰ ਖੋਤਾ ਦਾ ਪੁੱਤਰ ਨਹੀਂ ਕੋ ਜਾਗ ਕੇ ਚਲੋ ਬਾੜਵੇ ਲੈ ਕਰਦਾ ਰ ਸਾਈਕਲ ਦਾ ਪਿਛਲਾ ਟਾਇਰ ਵੀ ਨਹੀਂ ਮਤਲਬ ਮੈਂ ਦੂਰੋਂ ਹੁੰਦਾ ਹਵਾ ਸੜਕ ਸਿੱਧੀ ਹੋਵੇ ਮੇਰਾ ਸਾਈਕਲ ਪਿਛੋਂ ਨੀਵਾ ਹੋਵੇ ਕੋ ਚੂਚਾ ਹੋਵੇ ਤੇ ਦੇਖ ਲੈਣੇ ਇਹੀ ਕਹਿਣਾ ਵੀ ਚਾਚਾ ਮਛਾਰ ਕਿਹੜੀਆਂ ਪਹਾੜੀਆਂ ਚੜੀ ਜਾਂਦੇ ਆ ਉਹ ਤੇਰਾ ਦਿਮਾਗ ਠੀਕ ਆ ਸਾਈਕਲ ਨੂੰ ਟੁੱਟੇ ਨੂੰ ਜ਼ਾਇਦਾ ਦਖੌਲ ਕੰਦਾ ਵਾ ਮੈਂ ਤੇਰਾ ਜਮਾ ਤੇ ਲਾਦਾ ਤਾਂ ਫਿਰ ਤੇ ਤੂੰ ਕਹਿੰਦਾ ਤੇ ਤੇਰੇ ਦੁਰ ਫਟੇ ਨੂੰ ਤਨਪ ਤਾਂ ਪਰਮ ਉਤੇ ਰਹਤਾ ਹੈ ਚਾਹਲ ਤੇ ਜਾਇਦਾਦ ਲੋਕਾਂ ਦੀ ਤੇ ਜਾਇਦਾਦ ਪਈ ਪਈ ਵੱਤ ਜਾਂਦੀ ਆ ਮੇਰੀ ਜਾਇਦਾਦ ਪਈ ਪਈ ਤੇ ਹਵਾ ਨਿਕਲ ਜਾਵੇ ਲੋਕੀ ਜਾਇਦਾਦ ਦੇ ਨਾਲ ਆਪਣੇ ਕੰਮ ਸਿੱਧੇ ਕਰਦੇ ਮੈਂ 24 ਘੰਟੇ ਜਾਇਦਾਦ ਮੁਕੀ ਸੇ ਨੁਕਰੇ ਮਾਰ ਕੇ ਖੰਬੇ ਨਾ ਤੇ ਮੈਂ ਲੋਕੀ ਕਹਾਂ ਕੀ ਕਰਨੇ ਮੈਂ ਕਹਾਂ ਮੇਰੀ ਜਾਇਦਾਦ ਦਾ ਹੰਡਲ ਵਿਧਾ ਹੋ ਗਿਆ ਲੋਕੀ ਜ਼ਾਇਦਾਤਾਂ ਤੇ ਉੱਤੇ ਆਪਣਾ ਘਰ ਚਲਾਉਂਦੇ ਆ ਮੈਂ ਜ਼ਾਇਦਾਤਾਂ ਤੇ ਉੱਤੇ ਕੰਟੀ ਚਲਾਉਂਦਾ ਫੜਾ ਕਰ ਫੜਾ ਉਹ ਤੇਰੇ ਤੇ ਲਵੇ ਤੈਨੂੰ ਕਿਤੇ ਆ ਖੋਤੇ ਦਾ ਪੋਤਾ ਤੁਝੋ ਰਕਾ ਉਹਨੂੰ ਗੋਲੀ ਮਾਰ ਹੱਕ ਤੇ ਕੁੱਤੇ ਦੀ ਰਾਸ ਕੁੱਤੇ ਨੂੰ ਜ਼ਾਇਦਾਤ ਲਈ ਵਰਤਾ ਆਪ ਨੂੰ ਕਰੇ ਬਿਠਾ ਕੇ ਘਰ ਦੇ ਸ਼ਕਲ ਮੇਰੀ ਜ਼ਾਇਦਾਦ ਆ ਮੇਰੀ ਜ਼ਾਇਦ ਦੀ ਰਕਬਾਲੀ ਕੌਣ ਕਰੂ ਬਿੱਲੀ ਤਾਰੇ ਫੜਾ ਉਹ ਤੇਰੇ ਤੇ